ਗੁਰੂ ਸਾਹਿਬ ਦੀ ਬੇਦਬੀ ਕੀਤੀ ਜਾਂਦੀ ਹੈ, ਹਾਂਜੀ, ਗੁਰੂ ਸਾਹਿਬ ਨੂੰ ਅਪਸ਼ਬਦ ਬੋਲੇ ਜਾਂਦੇ ਨੇ, ਉਸ ਸਮੇਂ ਸਿੰਘਾਂ ਦਾ ਕੀ ਫਰਜ਼ ਬਣਦਾ ਹੈ ਗੁਰੂ ਦੇ ਸਿੱਖਾਂ ਦਾ? ਹੁਣ ਘੱਟੋ ਘੱਟ ਇੰਨਾ ਤਾਂ ਫਰਜ਼ ਬਣਦਾ ਕਿ ਗੁਰੂ ਤੋਂ ਪੁੱਛ ਲਓ, ਬਾਪੂ ਮੇਤੋਂ ਨਹੀਂ ਐਸਾ ਹੁੰਦਾ, ਮੇਤੋਂ ਨਹੀਂ ਆਸਾ ਹੁੰਦਾ, ਦੁਨੀਆ ਬਕਵਾਸ ਕਰਦੀ, ਮੈਨੂੰ ਹੁਕਮ ਕਰ। ਗੁਰੂ ਦੇ ਚਰਨਾਂ 'ਚ ਢਹਿਕਦਾ ਦੇਖੋ, ਗੁਰੂ ਦੇ ਚਰਨ ਢਹਿ ਦੇਖੋ, ਫਿਰ ਉਦੋਂ ਕਿੰਨਾ ਤੁਹਾਨੂੰ ਗਿਆਨ ਦਿੰਦੇ ਨੇ, ਕਿੰਨੀਆਂ ਦੱਸਦੇ ਨੇ। ਪਰਮਾਤਮਾ ਗੁਰੂ ਸਾਹਿਬ ਦੇ ਖਿਲਾਫ਼ ਕੋਈ ਫੁਰਨਾ ਵੀ ਮਨ 'ਚ ਲੈ ਆਵੇ ਤਾਂ ਪਰਮਾਤਮਾ ਉੱਥੇ ਆ ਕੇ ਆਪ ਸਜ਼ਾ ਦਿੰਦਾ। ਇਹ ਪਰਮਾਤਮਾ ਆਪ ਕਰ ਰਿਹਾ ਜਾਂ ਗੁਰੂ ਸਾਹਿਬ ਕੋਲ ਹੁਕਮ ਜ਼ਰੂਰ ਲਈ? ਬਹੁਤ ਵਧੀਆ ਗੱਲ, ਪ੍ਰੇਰਣਾ ਲੈਣੀ ਚਾਹੀਦੀ ਪਰਮੇਸ਼ਰ ਕਾ ਥਾਂ ਹੈ, ਉੱਥੋਂ ਪੁੱਛੇ ਬਿਨਾਂ ਮੈਂ ਆਪਣੀ ਚੌਧਰ ਕਰੀ ਜਾਂਦਾ। ਹੁਣ ਬਾਪ ਮੇਰਾ ਮੇਰੇ ਕੋਲ ਖੜਾ ਤੇ ਮੈਂ ਆਪ ਉਹਨੂੰ ਪਿੱਛੇ ਕਰਕੇ ਆਪ ਚੌਧਰੀ ਬਣਿਆ ਹੋਇਆ। ਹੁਣ ਤੁਸੀਂ ਲੈ ਲਓ ਕਿਤੇ ਲਓ ਸੁਖਮਨੀ ਸਾਹਿਬ 'ਚ 13ਵੀਂ ਅਸ਼ਟਪਦੀ ਲੈ ਲਓ, ਉਹ 'ਚ 8 ਪਦ ਨੇ, 5 ਪਦਾਂ ਦੇ ਵਿੱਚ ਬਖਸ਼ਿਆ ਪਿਆ, 5 ਪਦਾਂ ਦੇ ਵਿੱਚ ਉਹ ਹਰ ਵਾਰੀ ਨਿੰਦਕ ਨੂੰ, ਦੁਖੀ ਨੂੰ, ਇਹਨੂੰ ਸਜਾਵਾਂ ਦੇ ਕੇ, 9 ਪੰਕਤੀਆਂ ਸਜਾਵਾਂ ਦੀਆਂ ਨੇ ਅਤੇ 10ਵੀਂ ਪੰਕਤੀ ਜਿਹੜੀ ਆ ਉਹ ਬਖਸ਼ਿਸ਼ ਦੀ ਆ। ਜੇ ਉਹ ਸੰਤ ਭਾਵੇ ਤਾਂ ਉਹ ਵੀ ਗਤ ਪਾਏ, ਇਸ ਹਿਸਾਬ ਨਾਲ ਉਹਨਾਂ ਨੇ ਸਾਰੀਆਂ ਉਹ ਦਿੱਤੀਆਂ ਹੋਈਆਂ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਜਿਹੜਾ ਹੈ ਫੁਰਮਾਨ ਇਹਦੇ ਲਈ ਸਪੈਸ਼ਲ ਹੈ, ਅਸੀਂ ਗੁਰੂ ਸਾਹਿਬ ਕੋਲ ਜਾਈਏ ਅਤੇ ਜਾ ਕੇ ਗੁਰੂ ਸਾਹਿਬ ਕੋਲੋਂ ਉਪਦੇਸ਼ ਲਈਏ ਕਿ ਗੁਰੂ ਸਾਹਿਬ ਕੀ ਸਾਡੇ ਲਈ ਕੀ ਹੁਕਮ ਹੈ। ਇਹ ਹਾਂ, ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਬਾਣੀ ਆ, ਹਾਂਜੀ ਬਹੁਤ ਬਾਣੀ ਆ, ਜਿੱਥੇ ਗੁਰੂ ਸਾਹਿਬ ਨੇ ਨਿੰਦਕ ਨੂੰ ਬਖਸ਼ਦਾ, ਬਖਸ਼ ਦਿੱਤਾ, ਗੁਰੂ ਕੋਈ ਦੁਖੀ ਨੂੰ ਬਖਸ਼ਦਾ। ਕਿਉਂਕਿ ਮੈਨੂੰ ਤਾਂ ਇੰਨੀ ਕੁ ਸਮਝ ਆਈ ਆ ਕਿ ਗੁਰੂ ਕੀ ਜਿਹੜੀ ਹੈ ਨਾ ਮਹਿਮਾ, ਉਹ ਪਰਮਾਤਮਾ ਆਪ ਪਰਟੀਕੁਲਰ ਆ, ਪਰਮਾਤਮਾ ਆਪ ਪਰਟੀਕੁਲਰ ਆ। ਉਹ ਗੁਰੂ ਕੇ ਨਿੰਦਕ ਨੂੰ, ਗੁਰੂ ਕੇ ਦੁੱਖ ਨੂੰ, ਜੇ ਮਨ 'ਚ ਵੀ ਗੁਰੂ ਦੇ ਖਿਲਾਫ਼ ਕੋਈ ਫਰਨਾ ਪਕਾਰ ਲਿਆ ਤਾਂ ਪਰਮਾਤਮਾ ਆਪ ਉਹਨੂੰ ਸਜ਼ਾ ਦਿੰਦਾ। ਹੁਣ ਜਿੱਥੇ ਪਰਮਾਤਮਾ ਸਜ਼ਾ ਦੇ ਰਿਹਾ ਹੋਵੇ ਉਹਦੇ ਉੱਤੇ ਤਾਂ ਮੈਨੂੰ ਸਜ਼ਾ ਦੇਣੀ ਵਾਜਬ ਹੈ। ਬਿਲਕੁਲ, ਜੇ ਪਰਮਾਤਮਾ ਸਜ਼ਾ ਦੇ ਰਿਹਾ ਮੈਨੂੰ ਉਹਦੇ ਉੱਤੇ ਦੀ ਸਜ਼ਾ ਦੇਣੀ ਵਾਜਬ ਹੈ, ਮਤਲਬ ਨਹੀਂ ਬਣਦਾ। ਜੇ ਪਰਮਾਤਮਾ ਕੁਛ ਕਰ ਰਿਹਾ ਤਾਂ ਮੈਨੂੰ ਚੌਧਰ ਦਿਖਾਉਣ ਦੀ ਲੋੜ ਹੈ? ਨਹੀਂ, ਬਿਲਕੁਲ ਨਹੀਂ। ਅਤੇ ਇਹ ਹੁਣ ਸਮਝ ਨਹੀਂ ਆ ਰਹੀ ਕਿ ਅਸੀਂ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਮੰਨਦੇ ਹਾਂ ਕਿ ਕਿਤਾਬ ਮੰਨਦੇ ਹਾਂ? ਬਹੁਤ ਵੱਡਾ ਕੁਐਸਚਨ ਹੈ। ਜੇ ਤਾਂ ਇਹ ਜੇ ਤਾਂ ਅਸੀਂ ਉਹਨੂੰ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਮੰਨਦੇ ਹਾਂ, ਫਿਰ ਤਾਂ ਉਹਨੇ ਮੇਰੀ ਰਾਖੀ ਕਰਨੀ ਆ। ਫਸਲ ਨੇ ਕਦੇ ਕਿਸਾਨ ਦੀ ਰਾਖੀ ਕੀਤੀ ਆ? ਕਿਸਾਨ ਦਾ ਕਦੇ ਕੁਛ ਕੀਤਾ? ਅਤੇ ਖਾਲਸਾ ਪੰਥ ਹੈ ਖੇਤੀ, ਮੇਰੀ ਖੇਤੀ, ਅਸੀਂ ਉਹਦੀ ਖੇਤੀ ਹਾਂ, ਉਹਨੇ ਸਾਡੀ ਸੰਭਾਲ ਕਰਨੀ ਆ, ਅਸੀਂ ਉਹਦੀ ਸੰਭਾਲ ਕਰਨ ਵਾਲੇ ਕਿਹੜੇ ਹੋਵੇ? ਇਹ ਮੇਰੇ ਛੰਕਾਰ ਆ, ਅਸੀਂ ਗੁਰੂ ਸਾਹਿਬ ਦੀ ਸੰਭਾਲ ਕਰਨੀ ਆ। ਹਾਂ, ਇਹ ਮੇਰੇ ਛੰਕਾਰ ਆ। ਇਫੈਕਟ ਇਹ ਵੇ ਕਿ ਗੁਰੂ ਸਾਹਿਬ ਨੇ ਸਾਡੀ ਸੰਭਾਲ ਕਰਨੀ ਆ। ਹਾਂ, ਤੇ ਇਹ ਸਰ ਕੇ ਹੁਣ ਗੱਲ ਮੈਂ ਫੇਰ ਕਹੀ ਆ ਭਾਵਨਾ ਦੀ ਆ, ਇਹਦਾ ਅਨਰਥ ਫਿਰ ਗਲਤ ਪਾਸੇ ਨੂੰ ਲੈ ਜਾਵੇ। ਹਾਂਜੀ, ਕਿਉਂਕਿ ਗੁਰੂ ਕਾ ਹੁਕਮ ਜਿਹੜਾ ਹੈ ਉਹ ਅਸੀਂ ਰਹਿਤ ਮਰਿਆਦਾ ਆਓ ਆ ਆ ਆਓ, ਅਸੀਂ ਗੁਰੂ ਕੇ ਹੁਕਮ ਨੂੰ ਮੰਨਣਾ। ਬਿਲਕੁਲ, ਗੁਰੂ ਕੇ ਹੁਕਮ ਨੂੰ ਮੰਨਣਾ, ਤੇ ਇਸ ਕਰਕੇ ਹੁਕਮ ਮੰਨੀਆਂ ਹੋਈ ਹੈ ਪਰਵਾਨ ਤਾਂ ਖਸਮੇ ਕਾ ਮਹਿਲ ਪਾਇਆ ਸੀ। ਪਰ ਜਿੱਥੇ ਤੁਸੀਂ ਹੁਕਮ ਦੀ ਗੱਲ ਕਰ ਰਹੇ ਹੋ, ਹੁਣ ਉਹ ਕਹਿੰਦੇ ਨੇ ਜੀ ਠੀਕ ਹੈ ਇੱਦਾਂ ਸੰਭਾਲ ਕਰੋ ਗੁਰੂ ਸਾਹਿਬ ਦੀ, ਇੱਦਾਂ ਕਰੋ ਇੱਦਾਂ ਕਰੋ, ਥੋੜ੍ਹੀ ਜਿਹੀ ਉਹ ਜਿਹੜਾ ਕੁਛ ਹੈ ਉਹ ਤਾਂ ਦੁਨਿਆਵੀ ਪੱਖੋਂ ਤਾਂ ਹੁਣ ਅਸੀਂ ਕੋਈ ਕਰਨਾ ਹੀ ਹਾਂ। ਹਾਂਜੀ, ਅਤੇ ਇੱਕ ਅੰਦਰਲੀ ਮਰਿਆਦਾ, ਇੱਕ ਬਾਹਰਲੀ ਮਰਿਆਦਾ। ਜਿਹੜੀ ਬਾਹਰਲੀ ਮਰਿਆਦਾ ਉਹ ਤਾਂ ਠੀਕ ਆ, ਲੇਕਿਨ ਜਦ ਤੱਕ ਭਾਵਨਾ ਘਰ ਹੀ ਬੈਠੇ ਸੋ ਮੇਰੀ ਜੇ ਨੀਅਤ ਰਾਸ ਕਰੇ, ਹੁਣ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਹਾਂ ਤਾਂ ਹੈ ਸਰਵ ਨਿਧਾਨ ਦਾਨ ਦੇ ਦੇ। ਅਤੇ ਇਸ ਕਰਕੇ ਜਦ ਤੱਕ ਸਾਡੀ ਭਾਵਨਾ ਹੈ ਨਹੀਂ ਨਾ, ਅਸੀਂ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਸਮਝ ਕੇ ਫਿਰ ਉਹਦੀ ਸੇਵਾ 'ਚ ਲੱਗੀਏ, ਫਿਰ ਤਾਂ ਹੈ ਫਾਇਦਾ। ਜੇ ਅਸੀਂ ਉਹਦੀ ਸੰਭਾਲ ਕਰਨੀ ਹੋ ਤਾਂ ਵਿਚਾਰਾ ਹੋ ਗਿਆ ਫਿਰ। ਬਿਲਕੁਲ ਜੀ, ਅਤੇ ਇਸ ਕਰਕੇ ਉਹ ਸਮਰੱਥ, ਅਸੀਂ ਉਹਦੇ ਸਾਹਮਣੇ ਇੱਕ ਟਿੱਡੀ ਪਲ ਵੀ ਹੈ ਨਹੀਂ, ਅਤੇ ਅਸੀਂ ਉਹਦੀ ਕੀ ਸੰਭਾਲ ਕਰ ਸਕਦੇ ਹਾਂ? ਬਿਲਕੁਲ, ਅਸੀਂ ਉਹਦੀ ਕੀ ਨਿਦਿਆ ਰੋਕ ਸਕਦੇ ਹਾਂ? ਅਸੀਂ ਉਹਦੀ ਕੀ ਰਾਖੀ ਕਰ ਸਕਦੇ ਹਾਂ? ਉਹਦੀ ਰਾਖੀ ਪਰਮਾਤਮਾ ਕਰ ਰਿਹਾ, ਮੈਂ ਕਹਿੰਦਾ ਮੈਂ ਕਰਨੀ ਆ, ਮੈਂ ਤਾਂ ਰੱਬ ਦਾ ਸਰੀਕ ਬਣ ਕੇ ਬੈਠ ਗਿਆ। ਇਸ ਕਰਕੇ ਜਦ ਤੱਕ ਸਾਨੂੰ ਭਾਵਨਾ ਕਲੀਅਰ ਨਹੀਂ ਹੈ ਕਿ ਕਿਹੜਾ ਕਰਮ ਪਰਮਾਤਮਾ ਨੇ, ਜਦ ਪਰਮਾਤਮਾ ਨੇ ਕਰਾਉਣਾ ਤਾਂ ਮੈਂ ਕਰਦਾ, ਲੇਕਿਨ ਜਦ ਤੱਕ ਪਰਮਾਤਮਾ ਜਾਂ ਗੁਰੂ ਸਾਹਿਬ ਆਪ ਕਰ ਰਹੇ ਨੇ, ਫਿਰ ਮੈਨੂੰ ਚੁੱਪ ਕਰਕੇ ਸਮਝਣ ਦੀ ਲੋੜ ਆ ਕਿ ਦੇਖਾਂ ਕੀ ਹੋ ਕੀ ਰਿਹਾ, ਕੀ ਕਰ ਰਹੇ ਨੇ, ਮੈਂ ਸਮਝਾਂ। ਬਾਕੀ ਸ਼ਬਦ ਬੜੇ ਨੇ, ਜੇ ਗੁਰੂ ਸਾਹਿਬ ਦੀ ਨਿੰਦਿਆ ਹੁੰਦੀ ਹੋਵੇ, ਆਹ ਦੇਖੋ, ਜੋ ਨਿੰਦਾ ਕਰੇ ਸਦਕ ਪੂਰੇ ਕੀ, ਜਿਸ ਕਰਤਾ ਮਾਰ ਪਚਾਵੇ। ਪਹਿਲਾ ਹੀ ਸ਼ਬਦ ਆ ਗਿਆ, ਉਹ ਕਰਤਾ ਮਾਰ ਕੇ ਪਰਮਾਤਮਾ ਨੂੰ ਮਾਰਦਾ। ਹੁਣ ਮੈਂ ਚੌਧਰੀ ਕਿੱਥੋਂ ਆ ਗਿਆ, ਗੁਰੂ ਦੇ ਨੂੰ ਦੁਖੀ ਨੂੰ ਮਾਰਨ ਵਾਲਾ। ਜੋ ਨਿੰਦਾ ਕਰੇ ਸਦਕ ਪੂਰੇ ਕੀ, ਜਿਸ ਕਰਤਾ ਮਾਰ ਦੇ ਵਾਹਵੇ, ਫਿਰ ਉਹ ਵੇਲਾ ਉਸ ਹੱਥ ਨਾ ਆਵੇ, ਉਹ ਆਪਣਾ ਬੀਜੇ ਆਪੇ ਖਾਵੇ।
नर कौर मूँह काले खड़िया जो तस्कर मार पाए गलावे फिर सतगुर की सरणी पवे तो उभरे जा हर हर नाम ते आवे हर बातां आख सुनाए नानक हर बातां आख सुनाए नानक हर बातां आख सुनाए नानक हर करते इवें पावे फिर उस हथ न आवे अपना बीजिया आपे ही खावे जेड़ा उन्हें पुठा काम किया बीजिया हुण आप खाना पैंदा सजा भुगतनिया पैंदियां ने फिर वह वेला उस हाथ आवे वह अपना बीजिया आपे ही आपे खावे नरक कोरमो काले खड़िया नरक कोरम सो काले खड़िया जो तस्कर पाए गलावे फिर सतगुर की सरणी पे तो उभरे जा हर 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 नाम ते आवे जे फिर भी सड़न पै जाए तो हरिहर नाम से आने लग पे फिर भी बख्शिश हो सकती है हुण मैनू पता नहीं कि उन्होंने बख्शिश कदों करनी है तो कदों सजा देनी है मैनू इन्ना ज्ञान है नहीं कि निंदक नू कदों बख्शिश करनी है गुरु साहब ने तो कदों इनू सज़ा देनी है वो तो सज़ा पहला सारिया दई जाते हैं फौज ने पूरी लई है धर्मराज आ चित्र आ गुप्त आ जमदूत ने पूरी तो फौज उत्थे खड़ी है सज़ा देने लई ते मैं हुण चौधर कादी कर रहा तो इस करके दास में एक समझिए फिर जो निंदा करे सतगुरु पूरे की सो औखा जग में होया रब नू इत्थे जग औखा नरक और दुख खूह है उत्थे पकड़ो जाए नरक और दुख खूहां दे दुखां दे खूहां दे खूह ने नरक और दुख है उत्थे पकड़ो टोया कूक पार को ना सुने वह औखा होए होए रोया सजा तो सजा तो सजा के बिच सजा उन्होंने दई जा रहे हैं उन्हें हालत पल सब गवाया लाहा मूल सब खोया वह तेली संदा बलत है कर नित भल के उठ प्रभ जोया हूँ तेली का बल्द का रास्ता पूरा ही नहीं होता सारा दिन तुरी जाता वो आले दुआले घूम ही जाता वह रास्ता पूरा होंगे ही नहीं घूम ही जाता सारा रास्ता वह नहीं पूरा होंगे हर वेखे सुने नित सब कुछ तिदों कुछ गुजा ना होया जो जैसा बीजे सुने जिहा पुरख ने बोया जिहा बीजे जड़ा कुछ उन्हें बीजिया सो लुने जिहा पुरख ने बोया जिस कृपा करे प्रभ अपनी जिस सतगुर के चरण धोया गुर सतगुर पिछे तर गया जो लोहा काट संगोया ज नानका नाम ते आए तू जप हर हर नाम सुख होया वह फिर अखीर चितार देंदे ने इनिया सजावं दे के फिर हुण सानू पता नहीं कदों तारना ते कदों बख्शिश कर देनी है बिल्कुल असीं इत्थे करते बनाने की कोशिश करते हाँ तो इस करके वो तो खेल देखो जब तक सिख के विच संतोख है नहीं ना जरांद है नहीं सिख बन नहीं सकता बिल्कुल जब तक दया है नहीं जब तक धर्मी नहीं हो सकता तौल धर्म दया का पूत बिल्कुल जब तक दया है नहीं तद तक धर्म नहीं हो सकता देखो ना भाई कन्हैया दी गल रोज असीं करते हैं हाँ जी ਉਹ ਰੋਜ਼ ਉਹਦੇ ਉਹ ਕਹਿੰਦੇ ਆ ਕਿ ਜੀ ਭਾਈ ਕਨ੍ਹੱਈਆ ਨੇ ਮਸਲਾ ਨਾ ਪੜਾਇਆ ਸ਼ਿਕਾਇਤ ਵੀ ਹੋ ਗਈ ਬਿਲਕੁਲ ਸਿੰਘ ਉਦੋਂ ਵੀ ਉਹ ਜਿਹਾ ਸੀ ਸਿੰਘ ਹੁਣ ਵੀ ਉਹ ਜਿਹਾ ਹੀ ਨੇ ਹੁਣ ਵੀ ਗੁਰੂ ਸਾਹਿਬ ਇਹ ਜਿਹਾ ਦੀਆਂ ਸ਼ਿਕਾਇਤਾਂ ਹੁੰਦੀਆਂ ਨੇ ਬਿਲਕੁਲ ਤੇ ਇਹ ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਮਰਮ ਪੱਟੀ ਵੀ ਦਿੱਤੀ ਨਾਲ ਤੂੰ ਪਾਣੀ ਬੁਲਾ ਰਿਹਾ ਮਰਮ ਪੱਟੀ ਨਾਲ ਆ ਵੀ ਸੇਵਾ ਕਰੋ ਸ਼ਿਕਾਇਤ ਵਾਲੇ ਵਿਚਾਰੇ ਕਿੱਥੇ ਚਲੇ ਗਏ ਤੇ ਇਸ ਕਰਕੇ ਜਦ ਤੱਕ ਸਿੱਖ ਦੇ ਮਨ 'ਚ ਦਇਆ ਹੈ ਨਹੀਂ ਦੁਸ਼ਮਣ ਦੇ ਖਿਲਾਫ਼ ਵੀ ਦਇਆ ਹੋਣੀ ਚਾਹੀਦੀ ਆ ਬਿਲਕੁਲ ਬਹੁਤ ਔਖਾ ਕੰਮ ਹੈ ਪਰ ਸਿੱਖ ਤੇ ਗੁਰੂ ਸਾਹਿਬ ਨੇ ਸਿੱਖ ਨੂੰ ਜਿਹੜਾ ਬਣਾਇਆ ਇਸ ਕਰਕੇ ਵੇ ਜਿਹੜੀ ਸਿੱਖੀ ਹੈ ਖੰਨੇ ਉਹ ਦੇਖੀ ਵਾਲੋ ਨੇ ਕੀ ਪਰ ਜਿੱਥੇ ਪ੍ਰਿੰਸੀਪਲ ਸਾਹਿਬ ਗੱਲ ਕਰਦੇ ਹਾਂ ਅਸੀਂ ਗੁਰਬਾਣੀ ਦੀ ਵੀ ਨਿੰਦਕ ਨੂੰ ਹਰ ਜਗ੍ਹਾ ਨਿੰਦਿਆ ਹੀ ਹੈ ਗੁਰੂ ਸਾਹਿਬ ਨੇ ਹੈ ਨਾ ਨਿੰਦਕ ਦੀ ਗੁਰੂ ਸਾਹਿਬ ਨੇ ਕਿਹਾ ਨਿੰਦਕ ਹਮਰਾ ਮੀਤ ਕਿਹਾ ਪਰ ਇੱਕ ਤੁੱਕ ਹੈਗੀ ਹੈ ਗੁਰ ਕੀ ਨਿੰਦਾ ਸੁਣੇ ਨਾ ਕਾਨ ਕਰ ਭੇਂਟ ਸੰਗ ਕਿਰਪਾਨ ਇਸ ਤੁੱਕ ਦਾ ਕੀ ਅਰਥ ਹੋਇਆ ਕਿ ਇੱਥੇ ਵਰਜਿਆ ਵੀ ਗੁਰ ਕੀ ਨਿੰਦਾ ਸੁਣੇ ਨਾ ਕਾਨ अर्थ नहीं करते या तो उन्होंने पता नहीं या फिर वह डरा उन्होंने आपस एक दूजे तो डरे हुए ने बिलकुल इस करके इस सुख का अर्थ करने कोई तैयार है नहीं हुण उपदेश है कन्ना नूं गुरु की निंदा सुने ना कान हुण गल कन्ना नाल हो रही है कि गुरु जिहड़े निंदक कन्न ने वह गुरु दी निंदा ना सुन कन्ना ने गुरु दी निंदा सुनने नहीं सुननी बिल्कुल जे सुनदे ने हां जी कर भेट संग कृपान कर भेट संग कृपान कन्ना नू नहीं हुण देखो ना एक कन्ना नू हुण जिहड़ा अर्थ संगत दे विच आया होया हां जी वह इदां नहीं चल रहा बिल्कुल
ਉਹ ਕੋਈ ਆਪਣਾ ਆਪਣਾ ਅਰਥ ਬਣਾਈ ਜਾਂਦੇ ਨੇ, ਉਹ ਕਰ ਪੇਟ ਸੰਕਰ ਬਣ ਕਹੀ ਚੱਲ ਚੜ੍ਹ ਜਾ ਫਿਰ ਸੁੜੀ ਦੇ ਰੱਬ ਭਲੀ ਕਰੂਗਾ। ਤੇ ਉਹ ਹੁਣ ਮਾਰਨੂੰ ਪੈਂਦੇ, ਅਸੀਂ ਉਹ ਬਾਈ ਜਿਹੜੀਆਂ ਮੰਜੀਆਂ ਬਾਈ ਗੁਰੂ ਬੈਠੇ ਨੇ ਬਕਾਲੇ, ਹਾਂਜੀ ਅਸੀਂ ਉਹਨਾਂ ਨੂੰ ਮਾਰਨ ਤੁਰ ਪੈਂਦੇ ਹਾਂ। ਬਿਲਕੁਲ, ਜਿਹੜੇ ਬਾਈ ਗੁਰੂ ਬੈਠੇ ਨਾ ਬਕਾਲੇ, ਅਸੀਂ ਉਹਨਾਂ ਨੂੰ ਮਾਰਨ ਤੁਰ ਪੈਂਦੇ ਹਾਂ। ਪਰ ਇਹ ਗੱਲ ਕੰਨਾਂ ਦੀ ਹੋ ਰਹੀ ਆ, ਹਾਂਜੀ ਤੇਰੀ ਮੇਰੀ ਲੜਾਈ ਹੋ ਰਹੀ ਆ, ਮੇਰੇ ਹੱਥੋਂ ਤੂੰ ਮਰ ਜਾ ਇਟਸ ਆਲ ਰਾਈਟ, ਤੁਹਾਡੇ ਹੱਥੋਂ ਮੈਂ ਮਰ ਜਾ ਇਟਸ ਆਲ ਰਾਈਟ, ਜੇ ਮੈਂ ਤੀਜੇ ਨੂੰ ਮਾਰ ਦਈਏ ਉਹਦਾ ਕੀ ਮਤਲਬ? ਬਿਲਕੁਲ, ਉਹ ਵਿਚਾਰਾ ਕੁੜੀ ਨੰਗਲ ਸੀ, ਅਸੀਂ ਉਹਨੂੰ ਐਵੇਂ ਮਾਰਤਾ। ਇਹ ਸਰ ਕੇ ਜਦੋਂ ਨਿੰਦਾ ਸੁਣੀ ਤਾਂ ਕੰਨਾਂ ਨੇ ਸੀ, ਹਾਂ ਤੇ ਵੱਡੀ ਅਸੀਂ ਬੰਦਿਆਂ ਨੂੰ ਜਾਣੇ ਆ, ਹਾਂ ਤੇ ਇਹ ਇਹ ਸਰ ਕੇ ਇਹ ਤੁਕ ਅਬਰਤ ਗੁਰਬਾਣੀ ਤਾਂ ਹੈ ਹੀ ਨਹੀਂ ਹੈ। ਹਾਂਜੀ, ਗੁਰੂ ਕੇ ਨਿੰਦਾ ਸੁਣਨਾ ਕਾਨ ਕਰ ਭੇਟ ਸੰਗ, ਇਹ ਗੁਰਬਾਣੀ ਨਹੀਂ ਹੈ। ਅੱਛਾ, ਪਰ ਫਿਰ ਵੀ ਜੇ ਇਸ ਨੂੰ ਸੰਗਤ ਦੇ ਵਿੱਚ ਮਾਨਤਾ ਮਿਲੀ ਹੋਈ ਹੈ ਤੁਕ ਨੂੰ, ਤਾਂ ਫਿਰ ਇਹਦਾ ਅਰਥ ਠੀਕ ਹੋਵੇ। ਹੁਣ ਆਪਾਂ ਇਹੀ ਲਾ ਲਈਏ ਕਿ ਇਹ ਕੰਨ ਜਿਹੜੇ ਨੇ ਇਹ ਕਾਹਦੇ ਲਈ ਲਾਏ ਸੀਗੇ, ਕਿਉਂਕਿ ਨਿੰਦਿਆ ਜੀ ਸੁਣਨੀ ਮਨਾ, ਤਾਂ ਫਿਰ ਕਰਨਾ ਇਹਨਾਂ ਨੇ ਕੀ ਆ, ਕੀ ਸੁਣਨਾ ਇਹਨਾਂ ਨੇ? ਬਸ ਉਸ ਸੁੱਖ ਦੇ ਵਿੱਚ ਕਿੰਨੀ ਵਾਰੀ ਕਿਹਾ ਹੋਇਆ ਕਿ ਇਹ ਸਰਨੋ ਮੇਰਿਓ ਸੱਚੇ ਸੁਣਨ ਨੂੰ ਬਿਠਾਏ ਇੱਕ, ਸੱਚੇ ਸੁਣਨ ਨੂੰ ਬਿਠਾਏ ਦੋ, ਸਰੀਰ ਲਾਏ ਸੁਣੋ ਸੱਤ ਬਾਣੀ ਤਿੰਨ। ਅਸੀਂ ਕਹਿੰਦੇ ਜੇ ਕਿਸੇ ਨਾਲ ਪ੍ਰੇਮ ਹੋ ਜਾਏ ਅਸੀਂ ਕਹਾਉਂਦੇ ਨਹੀਂ, ਜਿੱਦਾਂ ਉਹ ਚਾਹੁੰਦਾ ਉਦਾਂ ਕਰਦੇ ਹਾਂ, ਉਦਾਂ ਕਰਦੇ ਹਾਂ। ਬਿਲਕੁਲ, ਤਾਂ ਇੱਥੇ ਗੁਰੂ ਸਾਹਿਬ ਗੱਲ ਤਾਂ ਪ੍ਰੇਮ ਦੀ ਏ, ਜੇ ਇੱਕ ਉਹੀ ਗੱਲ, ਜੇ ਸਾਨੂੰ ਕਿਸੇ ਨਾਲ ਪ੍ਰੇਮ ਏ ਤੇ ਸਾਨੂੰ ਪਤਾ ਹੁੰਦਾ ਉਹਨੂੰ ਚੰਗਾ ਕੀ ਲੱਗਦਾ, ਅਸੀਂ ਉਦਾਂ ਕਰਦੇ, ਜੋ ਉਹਨੂੰ ਚੰਗਾ ਲੱਗਦਾ ਅਸੀਂ ਉਹ ਐਕਸ਼ਨ ਅਸੀਂ ਆਪ ਆਪਣੇ ਆਪ ਹੋ ਹੀ ਜਾਂਦਾ ਹੈ, ਸਾਨੂੰ ਕਰਨਾ ਵੀ ਨਹੀਂ ਪੈਂਦਾ। ਹਾਂ, ਤੇ ਇੱਥੇ ਹੁਣ ਗੁਰੂ ਸਾਹਿਬ ਕਹਿ ਰਹੇ ਨੇ, ਕੂ ਕੂ ਕੇ ਕਹਿ ਰਹੇ ਨੇ, ਇਹ ਦੋ ਦੋ ਪੰਕਤੀਆਂ ਦੇ ਵਿੱਚ ਤਿੰਨ ਵਾਰੀ ਕਹਿ ਦਿੱਤਾ। ਫਿਰ ਇਹ ਸਰਵਣੋ ਮੇਰੇ ਸੱਚ ਹੈ ਸੁਣਨ ਨੂੰ ਬਿਠਾਇਆ, ਸੱਚ ਹੈ ਸੁਣਨੇ ਨੂੰ ਬਿਠਾਇਆ, ਸਰੀਰ ਲਾਇਆ ਸੁਣੋ ਸੱਤ ਬਾਣੀ, ਜੇ ਸੁਣੀ ਮਨ ਤਨ ਹਰਿਆ ਹੋਇਆ ਰਸਨਾ ਰਸ ਬਾਣੀ ਸੱਚ ਵਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਹੈ ਸੁਣਨੇ ਨੂੰ ਬਿਠਾਇਆ, ਸਰੀਰ ਲਾਏ ਸੁਣੋ ਸੱਤ ਬਾਣੀ, ਜੇ ਸੁਣੀ ਮਨ ਤਨ ਹਰਿਆ ਹੋਇਆ ਰਸਨਾ ਰਸ ਬਾਣੀ ਸੱਚ ਵਡਾਣੀ, ਤਾਂ ਕੀ ਗਤ ਕਹਿ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਹੈ ਸੁਣਨੇ ਨੂੰ ਬਿਠਾਇਆ। ਕਿੰਨੀ ਵਾਰੀ ਕਹਿਤਾ ਕੰਨਾਂ ਨੂੰ, ਕਿੰਨੀ ਵਾਰੀ ਕਿਹਾ ਤੂੰ ਸੁਣਨਾ ਕੀ ਆ, ਤੇ ਫਿਰ ਇਹ ਨਿੰਦਿਆ ਸੁਣ ਜਾਂਦਾ ਕਿਉਂ ਆ? ਬਿਲਕੁਲ, ਤੁਸੀਂ ਆਪਣੇ ਘਰ ਬੈਠ ਕੇ ਨਿੰਦਿਆ ਕਰ ਰਹੇ ਹੋ ਕਿਸੇ ਦੀ, ਹਾਂਜੀ ਮੈਨੂੰ ਕਿਦਾਂ ਪਤਾ ਲੱਗਿਆ ਤੁਸੀਂ ਆਪਣੇ ਘਰ 'ਚ ਆਹ ਨਿੰਦਿਆ ਕੀਤੀ? ਮੈਂ ਉੱਥੇ ਥੋੜ੍ਹੇ ਗਿਆ ਤਾਂ ਹੀ ਮੈਨੂੰ ਪਤਾ ਲੱਗਦਾ, ਮੈਂ ਜਾਣਾ ਕੀ ਕਰਨਾ ਉੱਥੇ? ਫਿਰ ਮੈਂ ਸੁਣਦਾ ਨਿੰਦਿਆ ਸੁਣ ਕੇ ਮੁੜ ਕਿਉਂ ਆਇਆ, ਨਿੰਦਿਆ ਸੁਣ ਕੇ ਮੁੜ ਕਿਉਂ ਆਇਆ? ਉੱਥੇ ਮੈਂ ਰੌਲਾ ਪਾ ਦਿੰਦਾ, ਤਾਂ ਅੱਗੇ ਤੋਂ ਉਹਨਾਂ ਨੂੰ ਵੀ ਸਮਝ ਆ ਜਾਂਦੀ। ਬਿਲਕੁਲ, ਬਾਬਾ ਦੀਪ ਸਿੰਘ ਲਾਈਨ ਖਿੱਚਦੀ ਸੀ, ਜਿਹਨਾਂ ਨੂੰ ਮੌਤ ਕਬੂਰ ਆਈ, ਇੱਧਰ ਆਇਓ, ਇਹਨਾਂ ਨਹੀਂ ਕਬੂਰ, ਉੱਧਰ ਫੌਜ ਲੈ ਕੇ ਤੁਰ ਪਏ। ਹਾਂਜੀ, ਗੱਲ ਵੱਢਿਆ ਵੀ ਗਿਆ, ਕਿਸੇ ਨੇ ਕਹਿਤਾ ਬਾਬਾ ਜੀ ਨੇ ਅਰਦਾਸ ਕੀਤੀ ਸੀ ਉੱਥੇ ਹਰਿਮੰਦਰ ਸਾਹਿਬ ਮੱਥਾ ਟੇਕਣ ਦੀ, ਆਹ ਕੀ ਕਰਤਾ ਇੱਥੇ? ਸਿਰ 'ਤੇ ਹੱਥ ਚੁੱਕਿਆ, ਹੱਥ 'ਤੇ ਰੱਖ ਕੇ ਲੜਦੇ ਲੜਦੇ ਹਰਿਮੰਦਰ ਸਾਹਿਬ, ਜਿਹੜੀ ਉਹਨਾਂ ਨੇ ਕਮਾਈ, ਹਾਂ ਜਿਹੜਾ ਵਚਨ ਸੀ। ਹੁਣ ਸਾਨੂੰ ਪਤਾ ਹੀ ਨਹੀਂ ਗੁਰਸਿੱਖੀ ਕਿੱਧਰ ਨੂੰ ਆ, ਕੀ ਆ, ਅਸੀਂ ਇਸ ਦੁੱਖ ਦੇ ਵੀ ਕੀ ਅਰਥ ਕਰ ਰਹੇ ਹਾਂ? ਹੁਣ ਸਾਨੂੰ ਤਾਂ 50 ਵਾਰੀ ਤਾਂ ਗੁਰੂ ਸਾਹਿਬ ਨੇ ਇੱਕ ਸ਼ਬਦ ਦੇ ਵਿੱਚ ਕਹਿਤਾ, ਹੋਰ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਕਿੰਨੀ ਵਾਰੀ ਕਿਹਾ ਹੋਣਾ ਕਿ ਤੁਸੀਂ ਕੰਨਾਂ ਨੇ ਸੁਣਨਾ ਕੀ ਆ? ਅੱਛਾ, ਫਿਰ ਇੱਕ ਤਾਂ ਇੱਕ ਤੱਕ ਮੈਂ ਹੋਰ ਬੋਲਦਾ, ਹੁਣ ਉਹ ਹਰੇਕ ਸਿੱਖ ਆਪਣੇ ਮਨ 'ਤੇ ਲਾ ਲਵੇ, ਲਾ ਕੇ ਰੱਖ ਲਵੇ ਕਿ ਇਹਨੂੰ ਕਾਨੇ ਰੱਖਣ ਦੇ ਯੋਗ ਹੈਗੇ ਨੇ ਕਿ ਨਹੀਂ ਹੈ, ਕੀ ਉਹ ਰੱਖਣ ਇਹਨਾਂ ਕੰਨਾਂ ਰੱਖਣ ਦੇ ਸਮਰੱਥ ਹੈ ਕਿ ਨਹੀਂ ਹੈ? ਕਰਨ ਸੁਣੀ ਨਾਦ, ਜਿਹੜੇ ਕੰਨ ਅਨਹਦ ਨਾਦ ਨਹੀਂ ਸੁਣਦੇ, ਕਰਨ ਸੁਣੀ ਨਾਦ ਕਰਨ ਮੁੰਦ ਕਰ ਲਿਆ, ਉਹ ਕੰਨ ਸਿੱਕਾ ਪਾਓ ਅਤੇ ਬੰਦ ਕਰ ਦਿਓ ਹਮੇਸ਼ਾ ਲਈ, ਇਹ ਜਿਹਾ ਗੰਦ ਰੱਖਣ ਦਾ ਫਾਇਦਾ ਨਹੀਂ ਕੋਈ ਨਹੀਂ। ਜਿਹਨੇ ਅਨਹਦ ਨਾਦ ਨਹੀਂ ਸੁਣਿਆ ਉਹਨੂੰ ਤਾਂ ਆਹ ਸਜ਼ਾ ਮਿਲ ਰਹੀ ਆ, ਅਤੇ ਜਿਹਨੇ ਗੁਰੂ ਕੋ ਨਿੱਧਿਆ ਸੁਣੀ ਉਹਦਾ ਕੀ ਬਣੂਗਾ? ਹੁਣ ਗੱਲ ਤਾਂ ਹੋ ਰਹੀ ਆ ਕੰਨਾਂ ਨਾਲ, ਅਸੀਂ ਬਾਈ ਸੁਣੀ ਨਾਦ ਕਰਨ ਨਾ ਸੁਣੀ ਨਾਦ, ਜਿਹੜੇ ਕੰਨ ਅਨਹਦ ਨਾਦ ਨਹੀਂ ਸੁਣਦੇ, ਕਰਨ ਨਾ ਸੁਣੀ ਨਾਦ, ਕਰਨ ਨਾ ਸੁਣੀ ਨਾਦ, ਹਾਂ ਕਰਨ ਮੁੰਦ ਕਾ ਲਿਆ, ਜਿਹੜੇ ਕੰਨ ਅਨਹਦ ਨਾਦ ਪਰਮਾਤਮਾ ਦੀ ਬਾਣੀ ਜਿਹੜੀ ਹੈ ਨਾ, ਜਿਹੜੇ ਅੰਦਰੋਂ ਗੱਲਾਂ ਹੁੰਦੀਆਂ ਹੁੰਦੀਆਂ ਨੇ ਅੰਦਰੋਂ ਸੁਣਦਾ, ਹਾਂ ਇੱਕ ਤਾਂ ਅਸੀਂ ਬਾਹਰ ਕੀਰਤਨ ਸੁਣਦੇ ਹਾਂ, ਇੱਕ ਸਾਨੂੰ ਅੰਦਰੋਂ ਹੀ ਅਨਹਦ ਨਾਦ, ਜਿਹੜਾ ਅੰਦਰਲਾ ਕੀਰਤਨ ਨਹੀਂ ਸੁਣਦੇ ਉਹ ਕੰਨਾਂ ਨੂੰ ਬੰਦ ਕਰ ਦੇਣਾ ਚਾਹੀਦਾ, ਕਰਨ ਮੁੰਦ ਕਾ ਲਿਆ, ਹਾਂ ਇਹਦਾ ਭਾਵ ਸਿੱਕਾ ਪਾ ਕੇ ਬੰਦ ਕਰ ਦੇਣਾ, ਪਰਮਨੈਂਟਲੀ ਬੰਦ ਕਰ ਦੋ ਤਾਂ ਕਿ ਕੁਛ ਵੀ ਨਾ ਸੁਣ ਸਕੇ, ਇਹ ਗੁਰੂ ਦੀ ਬਾਣੀ ਸਾਨੂੰ ਹੁਕਮ ਦੇ ਰਹੀ। ਹਾਂ ਹੁਣ ਦੱਸੀ ਇਸ ਹੁਕਮ ਤੇ ਅਸੀਂ ਕਿਹੜਾ ਸਿੱਖ ਚੱਲਦਾ, ਕਿਹਨੂੰ ਅਨਹਦ ਨਾਲ ਸੁਣਦਾ? ਅੱਜ ਤੱਕ ਤੇ ਅਸੀਂ ਸੁਣ ਨਹੀਂ ਸਕੇ, ਨਹੀਂ ਅਨਹਦ ਕਿਹਨੂੰ ਨਹੀਂ ਸੁਣਦਾ? ਆਪਾਂ ਸਾਰੇ ਫਿਰ ਆਪਣੇ ਕੰਨ ਬੰਦ ਕਰੋ, ਸਿੱਕਾ ਪਾਓ ਤੇ ਗੱਲ ਖਤਮ ਕਰੋ, ਅਸੀਂ ਆਪਣੇ ਆਪ ਨੂੰ ਗਲਤ ਮੰਨਦੇ ਨਹੀਂ, ਉਹ ਜਿਹਨੇ ਨਿੰਦਿਆ ਕੀਤੀ ਉਹਦੇ ਗੱਲ ਨੂੰ ਪੈ ਜਾਂਦੇ ਹਾਂ। ਬਿਲਕੁਲ,
ਗੁਰੂ ਕਾ ਹੁਕਮ ਅਸੀਂ ਵੀ ਤਾਂ ਮੰਨੀਏ, ਗੁਰੂ ਕਾ ਹੁਕਮ ਮੇਰੇ ਲਈ ਆ, ਸਿੱਖ ਲਈ ਆ। ਉਹ ਵਿਚਾਰੇ ਜਿਹਨੂੰ ਪਤਾ ਹੀ ਨਹੀਂ ਉਹਨਾਂ ਨੇ ਕੀ ਮੰਨਣਾ, ਜਿਹਨਾਂ ਨੂੰ ਪਤਾ ਹੀ ਨਹੀਂ ਗੁਰੂ ਕਾ ਹੁਕਮ ਕੀ ਆ, ਉਹਨਾਂ ਤਾਂ ਕੀ ਮੰਨਣਾ ਵਿਚਾਰਿਆਂ ਨੇ। ਮੈਨੂੰ ਤਾਂ ਪਤਾ, ਫਿਰ ਮੈਂ ਕਿਉਂ ਨਹੀਂ ਕਰਦਾ। ਕਹੋ ਨਾਨਕ ਬਿਨ ਆਪਾ ਚਿੜਨੇ ਮਿਟਣਾ ਭਰਮ ਕੀ ਕਾਈ। ਇਹ ਭਰਮ ਆਪਣੇ ਆਪ ਨੂੰ ਪਛਾਣਦੇ ਬਿਨਾਂ ਨਹੀਂ ਮਿਟਦਾ। ਦੁਨੀਆ ਲੋਕਾਂ ਨੂੰ ਪਛਾਣ ਕਰਾਉਣ ਲੱਗੀ ਹੈ। ਗੁਰਸਿੱਖੀ ਦੀ ਗੁਰਸਿੱਖੀ ਕੀ ਹੁੰਦੀ ਹੈ? ਲੋਕਾਂ ਨੂੰ ਪਛਾਣ ਕਰਾਉਣੀ। ਆਪ ਨਾ ਬੁੱਝਾਂ ਲੋਕ ਬੁਝਾਵਾਂ ਐਸਾ ਆਗੂ ਹੋਵਾਂ। ਬਿਲਕੁਲ, ਆਪ ਨਾ ਬੁੱਝਾਂ ਲੋਕ ਬੁਝਾਵਾਂ ਐਸਾ ਆਗੂ ਹੋਵਾਂ। ਹੁਣ ਇਹ ਜੇ ਆਗੂ ਸਾਨੂੰ ਮਿਲੀ ਜਾਂਦੇ ਨੇ, ਉਹ ਪੰਥ ਨੂੰ ਉਜੜ ਚ ਪਾਈ ਜਾਂਦੇ ਨੇ। ਤੇ ਇਸ ਕਰਕੇ ਦਾਸ ਨੂੰ ਤਾਂ ਹੋਰ ਸਮਝ ਨਹੀਂ ਆਉਂਦੀ, ਲੇਕਿਨ ਇਹ ਦੋ ਤੁਕਾਂ ਜੇ ਲੜੀਏ, ਤੁਕਾਂ ਹੋਰ ਬਥੇਰੀਆਂ ਨੇ ਜਿੰਨਾ ਆਪਾਂ ਮਰਜ਼ੀ ਵਿਚਾਰ ਕਰ ਲਈਏ। ਹੁਣ ਕਹਿੰਦੇ ਸੰਤਾਂ ਨਿੰਦਿਆ ਕਰਤੀ, ਜੇ ਹੁਣ ਨਿੰਦ ਕਰੇ ਸੰਤਨ ਕੀ ਤੋਂ ਸੰਤਨ ਸੁਖ ਮਾਨਾ। ਸੰਤ ਨੂੰ ਤਾਂ ਸੁੱਖ ਮਿਲਿਆ, ਉਹਦੇ ਨਿੰਦਿਆ ਹੋਈ ਉਹਨਾਂ ਮਿਲਿਆ ਸੁੱਖ, ਮੇਰੇ ਢਿੱਡ ਦਿਖਾਉਣ ਲੱਗ ਪਿਆ ਸੰਤਾਂ ਨੂੰ ਮਹਾਂਪੁਰਖਾਂ ਨੂੰ ਆਹ ਕਹਿਤਾ, ਚੱਲ ਚੁੱਕ ਦਿਉ। ਬਿਲਕੁਲ, ਅਤੇ ਇਸ ਕਰਕੇ ਨਿੰਦਿਆ ਜਿਹੜੀ ਚੰਗੀ ਚੀਜ਼, ਜਿਹੜਾ ਪੱਖ ਸੀ ਉਹਨੂੰ ਤਾਂ ਅਸੀਂ ਲੈ ਲੈਣੀ, ਇਹਨਾਂ ਦੇ ਮਾੜੇ ਪੱਖ ਨੂੰ ਗਲਤ ਠੀਕ ਥਾਂ 'ਤੇ ਲਾ ਲਾ ਕੇ ਡਾਂਗਾ ਚੁੱਕ ਲਈਆਂ। ਅਤੇ ਇਸ ਕਰਕੇ ਦਾਸ ਨੂੰ ਤਾਂ ਸਮਝ ਨਹੀਂ ਆਈ, ਜਿੰਨੀ ਕੁ ਸਮਝ ਆਈ ਆ ਉਸ ਹਿਸਾਬ ਨਾਲ। ਹਾਂ, ਇੱਕ ਕਹਾਣੀ ਹੋਰ ਆਪਾਂ, ਥੋੜ੍ਹਾ ਜਿਹਾ ਧੀਰਜ ਦੀ ਗੱਲ ਆ ਜਾਂਦੀ ਹੈ ਉਹਦੇ ਨਾਲ। ਰਾਮ ਕਲਿਕੀ ਵਾਰ ਰਾਏ ਬਲਵੰਡ ਤਸਰ ਸੱਤੇ ਡੂੰ ਮਾਖੀ, 966 ਅੰਗ 'ਤੇ ਇਹਨਾਂ ਦੀ ਬਾਣੀ ਆ। ਇਹ ਪੰਜੀਆਂ ਪਾਤਸ਼ਾਹੀਆਂ ਕੋਲ, ਪਾਤਸ਼ਾਹੀ ਦੇ ਨਾਲ ਇੱਕੋ ਕੀਰਤਨੀਆਂ ਹੁੰਦਾ ਸੀਗਾ, ਜਾਂ ਇੱਕ ਜਥਾ ਹੁੰਦਾ ਸੀ, ਇੱਕੋ ਜਥਾ ਜਾਂ ਇੱਕੋ ਕੀਰਤਨੀਆਂ ਹੁੰਦਾ ਪੰਜਵੇਂ ਪਾਤਸ਼ਾਹ ਤੱਕ। ਹਾਂ, ਪੰਜ ਪਹਿਲੀਆਂ ਪੰਜ ਪਾਤਸ਼ਾਹ। ਹਾਂਜੀ, ਉਸ ਵੇਲੇ ਜੋ ਦਾਸ ਨੇ ਸੁਣਿਆ ਮਹਾਂਪੁਰਖਾਂ ਤੋਂ ਕਿ ਜੀ ਇਹ ਇਹਨਾਂ ਦੀ ਬੱਚੀ ਦੀ ਸ਼ਾਦੀ ਸੀ, ਇਹਨੂੰ ਪੈਸੇ ਲੋੜ ਪਈ, ਅਤੇ ਇਹਨਾਂ ਕਿਹਾ ਮਹਾਰਾਜ ਸਾਨੂੰ ਫਲਾਣੇ ਦਿੰਦੀ ਚੜ੍ਹਤ ਦੇ ਦਿਓ, ਜਿੱਦਣ ਜਿਵੇਂ ਸੰਗਰਾਂਦ ਦੀ ਕਹਿ ਲਈਏ, ਜਾਂ ਜਿੱਦਣ ਸੰਗਤਾਂ ਜਾ ਰਹੀਆਂ ਸੱਤੇ ਦੇ ਬਲਵੰਡ ਦੇ ਬੱਚੇ ਦੀ ਸ਼ਾਦੀ ਸੀ। ਹਾਂਜੀ, ਬੇਟੀ ਦੀ ਸ਼ਾਦੀ ਸੀ। ਅੱਛਾ, ਤਾਂ ਇਹਨਾਂ ਨੇ ਮਹਾਰਾਜ ਕੋਲੋਂ ਚੜ੍ਹਤ ਮੰਗ ਲਈ। ਹਾਂ, ਲੈ ਵੀ ਜੀ ਸਾਨੂੰ ਫਲਾਣੇ ਦਿੰਦੀ, ਜਿੱਦਣ ਗੁਰਪੁਰਬ ਆ ਜਾਂ ਕੋਈ ਦਿਨ ਆ ਖਾਸ ਦਿਨ ਆ, ਜਦੋਂ ਚੜ੍ਹ ਜ਼ਿਆਦਾ ਹੁੰਦੀ ਹੈ, ਲੈ ਵੀ ਉਦਣ ਦੀ ਚੜ੍ਹ ਸਾਨੂੰ ਦੱਸਦਾ ਸਾਰੇ ਬੱਚਿਆਂ ਹੋ। ਰੱਬ ਦਾ ਪਾਣਾ ਇੰਨਾ ਮੀਂਹ ਹਨੇਰੀ ਚੱਖੜ ਚੋਲਿਆ, ਜਿੰਨੀ ਰੋਜ਼ ਸੰਗਤ ਆਉਂਦੀ ਉਹ ਨਹੀਂ ਬਣਾਈ। ਉਹ ਫਿਰ ਨਾਰਾਜ਼ ਹੋਏ, ਗੁਰੂ ਸਾਹਿਬ ਨੇ ਜਾਣ ਕੇ ਇੱਦਾਂ ਕੀਤਾ ਸਾਡੇ ਨਾਲ। ਅਤੇ ਫਿਰ ਕਹਿੰਦੇ ਮਹਾਰਾਜ ਆਹ ਤਾਂ ਇੱਦਾਂ ਹੋ ਗਿਆ, ਤੁਸੀਂ ਕਿਰਪਾ ਕਰੀ ਤੁਹਾਡੇ ਸਾਰੇ ਸਿੱਖ ਇੱਕ ਟਕਾ ਸਾਨੂੰ ਦੇ ਦੇਣ, ਸਾਡੀ ਬੱਚੀ ਦੀ ਸ਼ਾਦੀ ਚੰਗੀ ਹੋ ਜਾਵੇ। ਤਾਂ ਗੁਰੂ ਸਾਹਿਬ ਨੇ ਤੋਸ਼ੇ ਖਾਨੇ ਵਾਲੇ ਨੂੰ ਬੁਲਾਇਆ, ਦੇ ਬਈ ਇਹਨੂੰ 4.5 ਟਕੇ ਲਿਆ। ਪਹਿਲੀਆਂ ਪਾਤਸ਼ਾਹੀਆਂ ਪੂਰੇ ਸਿੱਖ ਸੀਗੇ। ਹੁਣ ਦੇਖੋ ਅਸੀਂ ਆਪਣੀ ਔਕਾਤ ਕਿੱਥੇ ਲਿਆਈ ਹੋਈ ਆ, ਸਾਨੂੰ ਆਪਣੀ ਔਕਾਤ ਨਹੀਂ ਪਛਾਣ। ਪਹਿਲੀਆਂ ਚਾਰ ਪਾਤਸ਼ਾਹੀਆਂ ਗੁਰੂ ਅਰਜਨ ਦੇਵ ਜੀ ਦੇ ਪੂਰੇ ਸਿੱਖ ਸੀ, ਉਹ ਸਿੱਖ ਸੀਗੇ ਪੂਰੇ, ਅਤੇ ਮੈਂ ਅੱਧਾ ਸਿੱਖ ਹਾਂ। ਗੁਰੂ ਅਰਜਨ ਦੇਵ ਜੀ ਅੱਧੇ ਸਿੱਖ ਨੇ। ਅੱਛਾ, ਇੱਥੇ ਪਹਿਲਾਂ ਸੋਚਣ ਦੀ ਗੱਲ, ਗੁਰੂ ਸਾਹਿਬ ਨੇ ਆਪਣੇ ਆਪ ਨੂੰ ਅੱਧਾ ਅੱਧਾ ਸਿੱਖ ਕਿਹਾ। ਹਾਂਜੀ, ਤੇ 4.5 ਟਕੇ ਉਹਨੂੰ ਦੇ ਦਿੱਤੇ, ਲੈ ਬਈ ਆਹ ਚਾਰ ਸਿੱਖ ਪਹਿਲੀਆਂ ਚਾਰ ਪਾਤਸ਼ਾਹੀਆਂ ਹੈਗੀਆਂ ਨੇ, ਮੈਂ ਅੱਧਾ ਸਿੱਖ ਹਾਂ, ਲੈ 4.5 ਟਕੇ। ਟਕਾ 2 ਪੈਸੇ ਦਾ ਹੁੰਦਾ ਸੀਗਾ ਉਦੋਂ, 1 ਟਕਾ 2 ਪੈਸੇ ਦੇ ਬਰਾਬਰ ਹੁੰਦਾ ਸੀ, 64 ਪੈਸੇ ਦਾ ਰੁਪਇਆ ਹੁੰਦਾ ਸੀ ਉਦੋਂ। ਅੱਛਾ, ਅਤੇ ਚਲੋ ਉਹ ਨਾਰਾਜ਼ ਹੋ ਗਿਆ, ਚਲੇ ਗਏ ਘਰ ਨੂੰ। ਦੂਏ ਦਿਨ ਸਵੇਰੇ ਕੀਰਤਨ 'ਤੇ ਹੁਣ ਅਸੀਂ ਆਇਆ ਨਾ, ਗੁਰੂ ਸਾਹਿਬ ਨੇ ਸਿੱਖ ਭੇਜੇ, ਉਹਨੇ ਉਹਨਾਂ ਦੀ ਬੇਅਦਬੀ ਕਰਕੇ ਵਾਪਸ ਆਇਆ। ਹੁਣ ਸੜਦਾ ਨਹੀਂ ਤਾਂ ਹੁਣ ਸਾਡੇ ਕੋਲ ਆ ਗਏ, ਜੇ ਅਸੀਂ ਪੈਸੇ ਮੰਗੇ ਦਿੱਤੇ ਨਹੀਂ, ਉਹ ਜੋ ਕੁਛ ਉਹਨਾਂ ਦੇ ਮਨ 'ਚ ਉਲ ਵਜੂਲ ਬੋਲਿਆ। ਫਿਰ ਉਚੇਚਾ ਉਹਨਾਂ ਨੂੰ ਕਿਹਾ ਤੁਸੀਂ ਸਮਝਾਓ ਉਹਨਾਂ ਨੂੰ, ਉਹ ਗਏ ਉਹਨਾਂ ਨੇ ਉਹਨਾਂ ਨੂੰ ਜਿੰਨਾ ਸਮਝਾਉਣ ਲੱਗੇ ਉਹ ਤਾਂ ਹੋਰ 10 ਗੁਣਾ ਪੁੱਠਾ ਬੋਲ ਪਏ, ਉਹਨਾਂ ਭੇਜਤਾ ਗੁਰੂ ਸਾਹਿਬ। ਫਿਰ ਆਪ ਚਲੇ ਗਏ ਪੰਜਵੀਂ ਪਾਤਸ਼ਾਹੀ, ਅਤੇ ਭਾਈ ਚਲੋ ਕੀਰਤਨ ਕਰੋ। ਅਤੇ ਉਹ ਉਹਨਾਂ ਨਾਲ ਵੀ ਉਹਨਾਂ ਨੇ ਤਕਰੀਬਨ ਉਹ ਜੇ ਕੀਤਾ ਜਾਏ ਪਹਿਲਾਂ ਸਿੱਖਾਂ ਨਾਲ ਬੇਅਦਬੀ ਨਾਲ ਬੋਲਿਆ ਸੀ। ਹਾਂ, ਇੱਥ ਤੱਕ ਹੋ ਜਾਂਦਾ ਤਾਂ ਸਰ ਜਾਂਦਾ ਉਹਨਾਂ ਦਾ, ਜੇ ਇੱਥ ਤੱਕ ਇਹ ਗੱਲ ਦਾ ਜਿਹਨੇ ਸਰ ਜਾਂਦਾ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਹੱਥ ਪਾ ਲਿਆ, ਜਿਹੜਾ ਗੁਰੂ ਸਾਹਿਬ ਫਿਰ ਜਰ ਨਹੀਂ ਸਕੇ। ਹਜ਼ਾਰਾਂ ਤਾਂ ਉਹਨਾਂ ਦੀਆਂ ਮੈਨੂੰ ਬਖਸ਼ ਲੈਣਾ, ਜਰ ਨਹੀਂ ਸਕੇ ਮੈਂ ਗਲਤ ਬੋਲ ਗਿਆ। ਅਤੇ ਗੁਰੂ ਸਾਹਿਬ ਫਿਰ ਮਤਲਬ ਹੁਣ ਉਹ ਮਾਹੌਲ ਨੂੰ ਠੀਕ ਨਹੀਂ ਸਮਝਿਆ, ਅਤੇ ਉਹਨਾਂ ਨੇ ਫਿਰ ਗੁਰੂ ਨਾਨਕ ਜੀ ਨੂੰ ਹੱਥ ਪਾਇਆ ਕਿ ਜੇ ਸਾਡਾ ਮਰਦਾਨਾ ਗੁਰੂ ਨਾਨਕ ਦੇਵ ਜੀ ਦੇ ਨਾਲ ਨਾ ਹੁੰਦਾ ਤਾਂ ਗੁਰੂ ਨਾਨਕ ਦੇਵ ਜੀ ਨੂੰ ਕਿਹਨੇ ਪੁੱਛਣਾ ਸੀਗਾ? ਸੱਤੇ ਦੇ ਬਲਵੰਡ ਨੇ ਕਿਹਾ, ਇਹ ਕਹਿਤਾ। ਫਿਰ ਗੁਰੂ ਸਾਹਿਬ ਇਹ ਤਾਂ ਉੱਤੇ ਨਹੀਂ ਸੁਣ ਸਕੇ, ਉੱਠ ਕੇ ਆ ਗਏ ਅਤੇ ਸੰਗਤ 'ਚ ਆ ਕੇ ਕਹਿਤਾ, ਜਿਹੜਾ ਇਹਨਾਂ ਦੇ ਮੂੰਹ
ਇਹਨਾਂ ਦੇ ਕਿਸੇ ਨੇ ਮੂੰਹ ਨਹੀਂ ਲੱਗਣਾ, ਛੇਕਤਾ ਮਤਲਬ ਪੰਥ ਚੋਂ ਛੇਕਤਾ, ਅਤੇ ਨਾਲ ਕਹਿਤਾ ਜਿਹੜਾ ਇਹਨੇ ਸਿਫਾਰਿਸ਼ ਲੈ ਕੇ ਆਊ, ਉਹ ਤਾਂ ਅੰਤਰਜਾਮੀ ਨੇ ਸਭ ਕੁਛ ਪਤਾ ਕੀ ਹੋਣਾ ਗਾ, ਜਿਹੜਾ ਇਹਨੇ ਸਿਫਾਰਿਸ਼ ਲੈ ਕੇ ਆਊ ਉਹਦਾ ਮੂੰਹ ਕੋਲਾ ਕਾਲਾ ਕਰਕੇ ਖੋਤੇ 'ਤੇ ਚੜ੍ਹਾ ਕੇ ਜੋ ਮਰਜ਼ੀ ਹੋਰ ਸਜਾਵਾਂ ਗਲਾ 'ਚ ਤਾਂ ਦਾ ਹਾਰ, ਜੋ ਮਰਜ਼ੀ ਕਹਿ ਕੇ ਜਿੱਦਾਂ ਹੁਣ ਕਹਾਣੀਆਂ ਸੁਣੀ ਸੁਣਾਈਆਂ ਜੋ ਮਰਜ਼ੀ ਕਹਿ ਉਹ ਜਲੂਸ ਕੱਢਿਆ ਜਾਊ। ਅਤੇ ਹੁਣ ਜਿਹੜੀ ਜਵਾਨ ਨਾਲ ਉਹਨਾਂ ਨੇ ਨਿੰਦਿਆ ਕੀਤੀ ਸੀ ਉਹ ਜਵਾਨ 'ਤੇ ਕੋੜ ਹੋ ਗਿਆ, ਹੁਣ ਨਾ ਕੁਛ ਖਾ ਪੀ ਹੋਏ ਨਾ ਪੀ ਹੋਵੇ, ਤੜਫੀ ਜਾਣ ਦਰਦ ਹੋਵੇ, ਤੜਫ ਨੂੰ ਕੋਈ ਗੱਲ ਨਾ ਬਣੇ, ਬਾਤ ਨਾ ਬਣੇ, ਅਤੇ ਬਹੁਤ ਔਖਾ ਰੱਬ ਦਾ ਪਾਣਾ। ਹੁਣ ਮੈਂ ਸਿੱਖ ਦਾ ਨਾਂ ਭੁੱਲ ਗਿਆ, ਇੱਕ ਸਿੱਖ ਉਹਨਾਂ ਨੂੰ ਮਿਲ ਗਿਆ ਉਸ ਵੇਲੇ, ਕਿੱਦਾਂ ਦੈਵ ਨੈਤਿਕ ਅਤੇ ਸੰਯੋਗ ਮਹਾਰਾਜ ਬਣਾਉਣੇ ਹੁਣ ਬਣਾ ਤੇ, ਉਹਨੂੰ ਉਹਨਾਂ ਤਰਸ ਆ ਗਿਆ। ਹੁਣ ਗੁਰੂ ਕਾ ਹੁਕਮ ਮਿਲਣਾ ਨਹੀਂ, ਗੁਰੂ ਕਾ ਹੁਕਮ ਜਿਹੜਾ ਇਹਨੇ ਸਿਫਾਰਿਸ਼ ਲੈ ਕੇ ਆਊ ਉਹਦਾ ਮੂੰਹ ਕਾਲਾ ਕਰਕੇ ਕੁੱਤੇ ਚੜ੍ਹਾ ਕੇ ਜਲੂਸ ਕੱਢਿਆ ਜਾਊ, ਛਿੱਤਰਾਂ ਦਾ ਹਾਰ ਪਾ ਕੇ ਜਾਂ ਕੀ ਹੁਣ ਪਤਾ ਨਹੀਂ ਇੰਨਾ ਠੀਕ। ਅੱਛਾ ਖੈਰ, ਉਹ ਜੀ ਉਹਨੇ ਸਾਰੀਆਂ ਸਜਾਵਾਂ ਆਪੇ ਲੈ ਕੇ ਮੂੰਹ ਕਾਲਾ ਕਰਕੇ ਖੋਤੇ 'ਤੇ ਚੜ੍ਹ ਕੇ ਉਹ ਕਰਕੇ ਜਿੰਨੀਆਂ ਸਜਾਵਾਂ ਗੁਰੂ ਸਾਹਿਬ ਨੇ ਕਹੀਆਂ ਸਾਰੀਆਂ ਲੈ ਕੇ ਗੁਰੂ ਸਾਹਿਬ 'ਤੇ ਜਾ ਕੇ ਗੁਰੂ ਦਾ ਵੀ ਵਚਨ ਪੂਰਾ ਕਰਤਾ ਅਤੇ ਆਪਣਾ ਵੀ ਜਿਹੜਾ ਕੁਛ ਦਇਆ। ਗੁਰੂ ਕੇ ਸਿੱਖ ਤਾਂ ਦਇਆਵਾਨ ਹੁੰਦੇ ਨੇ, ਬਿਲਕੁਲ ਦੁਸ਼ਮਣ 'ਤੇ ਵੀ ਦਇਆ ਨਹੀਂ ਆਈ ਤਾਂ ਫਿਰ ਆਪਾਂ ਦਇਆਵਾਨ ਨਹੀਂ ਹਾਂ, ਦੁਸ਼ਮਣ 'ਤੇ ਵੀ ਦਇਆ ਆਉਣੀ ਚਾਹੀਦੀ ਆ। ਅਤੇ ਹੁਣ ਗੁਰੂ ਕਾ ਦੁਖੀ ਉਹ ਤਾਂ ਸਿੱਖ ਨੂੰ ਦਇਆ ਆ ਜਾਵੇ ਫਿਰ ਤਾਂ ਗੁਰੂ ਤੋਂ ਸਿੱਖ ਉੱਤੋਂ ਹੋ ਗਿਆ ਸਿੱਖ, ਪਰ ਨਹੀਂ ਆਪਣੇ ਔਕਾਤ ਦੇ ਵਿੱਚ ਰਹਿ ਕੇ ਮੂੰਹ ਕਾਲਾ ਕਰਕੇ ਸਾਰੀਆਂ ਜਿਹੜਾ ਗੁਰੂ ਸਾਹਿਬ ਦੇ ਬਚਨ ਸੀ ਪੂਰੇ ਕਰਕੇ ਮੱਥਾ ਟੇਕਦਾ। ਅਤੇ ਜਦੋਂ ਇੰਨਾ ਕਮਾਈ ਵਾਲਾ ਸਿੱਖ ਗੁਰੂ ਦੇ ਚਰਨਾਂ 'ਤੇ ਮੂੰਹ ਕਾਲਾ ਕਰਕੇ ਡਿੱਗਿਆ ਪਿਆ, ਗੁਰੂ ਸਾਹਿਬ ਉੱਠੇ ਉਹਨੂੰ ਛਾਤੀ ਨੂੰ ਲਾਇਆ, ਭਾਈ ਕੀ ਗੱਲ ਹੋ ਗਈ, ਕਹਿੰਦੇ ਸੀ ਉਹਨਾਂ ਦੀ ਹਾਲਤ ਬਹੁਤ ਮਾੜੀ ਆ, ਬਹੁਤ ਮਾੜੀ ਆ। ਫਿਰ ਗੁਰੂ ਸਾਹਿਬ ਉਹਨੂੰ ਕੀ ਕਹਿ ਸਕਦੇ ਸੀਗੇ, ਕਹਿੰਦੇ ਜਾਓ ਭਾਈ ਲੈ ਆਓ, ਮੰਜਿਆਂ 'ਤੇ ਚੁੱਕ ਕੇ ਲਿਆਉਂਦੇ, ਉਹ ਲੈ ਲੜੀਆਂ ਕਰਨ, ਮਹਾਰਾਜ ਭੁੱਲ ਹੋ ਗਈ ਬਖਸ਼, ਮਹਾਰਾਜ ਭੁੱਲ ਹੋ ਗਈ ਬਖਸ਼ ਤੋਂ। ਕਹਿੰਦੇ ਚੰਗਾ ਭਾਈ, ਤੁਸੀਂ ਜਿਹੜੇ ਮੂੰਹ ਨਾਲ ਗੁਰੂ ਘਰ ਦੀ ਨਿੰਦਿਆ ਕੀਤੀ ਸੀ ਉਸਤ ਕਰੋ, ਤੁਹਾਡੀ ਬਿਮਾਰੀ ਠੀਕ ਹੋ ਜੂ। ਉੱਥੇ ਹੀ ਉਹਨਾਂ ਨੇ ਉਹ ਬਾਣੀ ਉਚਾਰਨ ਕੀਤੀ ਆ, ਰਾਮ ਕਲੀ ਕੀ ਵਾਰ ਰਾਜ ਬਣ ਸੱਤੇ ਡੁਮਾ ਕੇ, ਜਿਉਂ ਜਿਉਂ ਬਾਣੀ ਉਚਾਰਨ ਕਹਿ ਗਏ ਠੀਕ ਹੋ ਗਏ। ਜਦੋਂ ਪੂਰਾ ਭੋਗ ਪਾਇਆ ਉਦੋਂ ਨੌ ਬਰਨਾ ਉਸ ਗਏ। ਅਤੇ ਇਹ ਸਰ ਕੇ ਅੱਜ ਜੇ ਗੁਰੂ ਕੇ ਨਿੰਦਕ ਨੂੰ ਅਸੀਂ ਮਾਰ ਦਿੰਦੇ ਹਾਂ ਤਾਂ ਉਹਨੂੰ ਸਜ਼ਾ ਦਾ ਮੌਕਾ, ਹੁਣ ਅਸੀਂ ਉਹਨਾਂ ਨਿੰਦਕਾਂ ਨੂੰ ਅੱਜ ਅਸੀਂ ਮੱਥੇ ਟੇਕਦੇ ਹਾਂ। ਗੁਰੂ ਕੇ ਨਿੰਦਕਾਂ ਨੂੰ ਜਿਹਨਾਂ ਨੇ ਪੰਜਵੀਂ ਪਾਤਸ਼ਾਹ ਦੀ ਬੇਅਦਬੀ ਕੀਤੀ, ਗੁਰੂ ਨਾਨਕ ਦੇਵ ਜੀ ਦੀ ਬੇਅਦਬੀ ਕੀਤੀ, ਉਹਨਾਂ ਨਿੰਦਕਾਂ ਨੂੰ ਅੱਜ ਅਸੀਂ ਰੋਜ਼ ਸਾਰੀ ਘਰ ਵਿੱਚ ਬਖਸ਼ੇ ਗਏ ਅਤੇ ਅੱਜ ਅਸੀਂ ਉਹਨਾਂ ਦੀ ਉਚਾਰਨ ਕੀਤੀ ਬਾਣੀ ਜਿਹੜੀ ਹੈ ਰੋਜ਼ ਪੜ੍ਹਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਤਾਂ ਇਹਨਾਂ ਨੂੰ ਵੀ ਮੱਥਾ ਨਾਲ ਟੇਕ ਹੋ ਗਿਆ, ਬਾਣੀ ਨੂੰ ਮੱਥਾ ਟੇਕ ਰਿਹਾ ਬਿਲਕੁਲ। ਅਤੇ ਇਹ ਸਰ ਕੇ ਜੇ ਸਿੱਖ ਦੀ ਜਰਾਂਦ ਜਿਹੜੀ ਆ ਉਹਦਾ ਕੋਈ ਹਰਜਨ ਐਸਾ ਚਾਹੀਏ ਜਾਂ ਸਹਾਰੀ ਹੋਵੇ, ਜਰਾਂਦ ਜਿੰਨੀ ਖੋਜ ਉਨੀ ਕਿਰਪਾ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਅੱਜ ਸਾਨੂੰ ਦੱਸਿਆ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਠੀਕ ਹੈ ਜੀ। ਅਤੇ ਜਦੋਂ ਅਸੀਂ ਅੱਜ ਗੱਲਬਾਤ ਕੀਤੀ ਨਿੰਦਾ ਉੱਤੇ, ਬੜੇ ਸਾਰੇ ਕੋਨਸੈਪਟ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਸਾਨੂੰ ਕਲੀਅਰ ਕਰਵਾਏ ਗੁਰਬਾਣੀ ਦੀ ਲੋਅ ਦੇ ਵਿੱਚ, ਅਤੇ ਅੱਜ ਸਾਨੂੰ ਸਮਝਣ ਦੀ ਲੋੜ ਹੈ ਕਿ ਗੁਰੂ ਸਾਹਿਬ ਸਾਨੂੰ ਕੀ ਕਹਿੰਦੇ ਨੇ, ਗੁਰੂ ਸਾਹਿਬ ਦਾ ਉਪਦੇਸ਼ ਕੀ ਹੈ। ਜੇ ਕੋਈ ਵੀ ਇਹੋ ਜਿਹੀ ਗੱਲ ਹੋ ਜਾਂਦੀ ਅਸੀਂ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋਈਏ ਅਤੇ ਗੁਰੂ ਸਾਹਿਬ ਦਾ ਹੁਕਮ ਜ਼ਰੂਰ ਲਈਏ। ਪ੍ਰਿੰਸੀਪਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਟੂਡੀਓ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।